ਦਿੱਲੀ ਕੂਚ ਦੇ ਪ੍ਰੋਗਰਾਮ ਤਹਿਤ ਹਜ਼ਾਰਾਂ ਕਿਸਾਨ ਸ਼ੰਭੂ ਅਤੇ ਟਾਬਰੀ ਗੁਜਰਾ ਬਾਰਡਰਾਂ ਤੇ 4 ਮਾਰਚ ਨੂੰ 21ਵੇਂ ਦਿਨ ਡਟੇ ਰਹੇ 6 ਮਾਰਚ ਨੂੰ ਦਿੱਲੀ ਵੱਲ ਵਦਨ ਦੇ ਦਿੱਤੇ ਗਏ ਸੱਦੇ ਸੰਬੰਧੀ ਕੀਤੀ ਗਈ ਚਰਚਾ ਬਾਰੇ ਸਪਸ਼ਟ ਕਰਦੇ ਹਾਂ ਕਿਸਾਨਾਂ ਨੇ ਕਿਹਾ ਹੈ ਕਿ ਇਹ ਸੱਦਾ ਸ਼ੰਭੂ ਅਤੇ ਟਾਬਰੀ ਗੁਜਰਾ ਦੇ ਬਾਰਡਰਾਂ ਤੇ ਬੈਠੇ ਕਿਸਾਨਾਂ ਤੇ ਲਾਗੂ ਨਹੀਂ ਹੁੰਦਾ ਹੈ ਇਸੇ ਦੌਰਾਨ ਸਿਰਫ ਦੂਜੇ ਰਾਜਾਂ ਦੇ ਕਿਸਾਨ ਹੀ ਦਿੱਲੀ ਵੱਲ ਵਧਣਗੇ ਉਧਰ ਸ਼ੰਭੂ ਬਾਰਡਰ ਤੇ ਡਟੇ ਕਿਸਾਨਾਂ ਚ ਪੰਜਵਾਂ ਪੰਜਾਬ ਦੇ ਪ੍ਰਧਾਨ ਸੁਨੀਲ ਜਾਖੜ ਦੀ ਵਿਆਨਬਾਜ਼ੀ ਚਰਚਾ ਦਾ ਵਿਸ਼ਾ ਰਹੀ ਇਸੇ ਦੌਰਾਨ ਸ਼ੰਭੂ ਬਾਡਰ ਤੇ ਪ੍ਰੈਸ ਕਾਨਫਰੰਸ ਕਰਨ ਦੀ ਜ਼ਿੰਮੇਵਾਰੀ ਬੀਕਯੂ ਬਹਿਰਾਮਕੇ ਦੇ ਪ੍ਰਧਾਨ ਬਲਵੰਤ ਸਿੰਘ ਬਹਿਰਾਮਕੇ ਬੀਕਯੂ ਦੁਆਬਾ ਦੇ ਪ੍ਰਧਾਨ ਮਨਜੀਤ ਸਿੰਘ ਰਾਏ ਅਤੇ ਕੁਲਵਿੰਦਰ ਸਿੰਘ ਪੰਜੌਲੀ ਸਮੇਤ ਕੁਝ ਹੋਰ ਕਿਸਾਨ ਆਗੂਆਂ ਨੇ ਨਿਭਾਈ ਜਿਸ ਦੌਰਾਨ ਸੁਨੀਲ ਜਾਖੜ ਤੇ ਦੋਰੇ ਮਾਪਦੰਡ ਅਪਣਾਉਣ ਦੇ ਦੋਸ਼ ਲਾਉਂਦੇ ਆ ਇਹਨਾਂ ਕਿਸਾਨ ਆਗੂਆਂ ਦਾ ਕਹਿਣਾ ਸੀ ਕਿ ਜੇ ਉਹ ਕਿਸਾਨਾਂ ਅਤੇ ਪੰਜਾਬ ਦੇ ਸੁਭਚਿੰਤਕ ਹਨ ਤਾਂ ਉਹਨਾਂ ਨੂੰ ਭਾਜਪਾ ਦੀ ਸੁਬਾਈ ਪ੍ਰਧਾਨ ਤੋਂ ਅਸਤੀਫਾ ਦੇ ਕੇ ਪੰਜਾਬ ਦੇ ਲੋਕਾਂ ਨਾਲ ਖੜਨਾ ਚਾਹੀਦਾ ਹੈ ਸੁਨੀਲ ਜਾਖੜ ਵੱਲੋਂ ਐਮਐਸਪੀ ਸੰਬੰਧੀ ਦਿੱਤੇ ਬਿਆਨ ਤੇ ਬੋਲਦੇ ਆ ਕਿਸਾਨ ਆਗੂਆਂ ਦਾ ਕਹਿਣਾ ਹੈ ਕਿ ਜੇਕਰ ਉਹ ਕਿਸਾਨਾਂ ਦੇ ਸੁਭਚਿੰਤਕ ਹਨ ਤਾਂ ਉਹ ਪ੍ਰਧਾਨ ਮੰਤਰੀ ਨੂੰ ਕਟੋਕਟ ਸਮਰਥਨ ਮਿਲਦੇ ਕਾਨੂੰਨ ਲਿਆਉਣ ਸਮੇਤ 2014 ਦੇ ਚੋਣ ਮੈਨੀਫੈਸਟੋ ਨੂੰ ਲਾਗੂ ਕਰਨ ਲਈ ਆਖਣ ਜਿਸ ਵਿੱਚ ਕਿਸਾਨਾਂ ਦੇ ਕਰਜ਼ੇ ਮਾਫ ਕਰਨਾ ਤੇ ਸੋਮੇਨਾਥਨ ਰਿਪੋਰਟ ਲਾਗੂ ਕਰਨ ਦਾ ਵਾਅਦਾ ਕੀਤਾ ਗਿਆ ਸੀ ਕਿਸਾਨ ਆਗੂਆਂ ਦਾ ਇਹ ਵੀ ਕਹਿਣਾ ਸੀ ਕਿ ਸੁਨੀਲ ਜਾਖੜ ਨੂੰ ਸੁਭਕਰਨ ਸਿੰਘ ਦੀ ਮੌਤ ਤੇ ਬੋਲਣਾ ਚਾਹੀਦਾ ਸੀ ਉਹਨਾਂ ਨੇ ਕਿਹਾ ਕਿ ਕਾਂਗਰਸ ਦੇ ਸ祝い ਪ੍ਰਦਾਨ ਹੁੰਦੇ ਆ ਕਿਸਾਨ ਪਵਨ ਚੰਡੀਗੜ੍ਹ ਵਿਖੇ ਹੋਈ ਸੀ ਸਿਆਸੀ ਪਾਰਟੀਆਂ ਦੀ ਮੀਟਿੰਗ ਵਿੱਚ ਜਾਖੜ ਨੇ ਐਮਐਸਪੀ ਦਾ ਸਮਰਥਨ ਕੀਤਾ ਸੀ ਲਖੀਮਪੁਰ ਖੀਰੀ ਦੇ ਕੇਸ ਦੇ ਮੁਲਜ਼ਮ ਦੇ ਪਿਤਾ ਨੂੰ ਭਾਜਪਾ ਐਮਪੀ ਦੀ ਟਿਕਟ ਦੇਣ ਦੀ ਆਲੋਚਨਾ ਕਰਦੇ ਹਾਂ ਕਿਸਾਨ ਆਗੂਆਂ ਨੇ ਕਿਹਾ ਹੈ ਕਿ ਸੁਨੀਲ ਜਾਖੜ ਨੂੰ ਚਾਹੀਦਾ ਹੈ ਕਿ ਉਹ ਇਸ ਸੰਬੰਧੀ ਵਿਸਥਿਤੀ ਨੂੰ ਸਪਸ਼ਟ ਕਰਣ